ਸੰਗਰੂਰ ਚ ਮਾਂ ਧੀ ਨੇ ਇਕੱਠਿਆ ਚੁੱਕਿਆ ਖੌਫਨਾਕ ਕਦਮ। ਭੁੱਬਾ ਮਾਰ ਰੋ ਰਿਹਾ ਪਿਓ, ਪਰਿਵਾਰ ਨੂੰ ਨਹੀਂ ਹੋ ਰਿਹਾ ਯਕੀਨ। ਮੋਗਾ ਚ ਵਿਦੇਸ਼ ਜਾ ਕੇ ਮੁੱਕਰ ਗਈ ਲਾੜੀ, ਕਰ ਗਈ 21 ਲੱਖ ਦੀ ਠੱਗੀ, ਹੁਣ ਰੋਂਦਾ ਨੌਜਵਾਨ ਲਗਾ ਰਿਹਾ ਪੁਲਿਸ ਥਾਣੇ ਦੇ ਗੇੜੇ। ਓਡੀਸ਼ਾ ਚ ਕੰਧਮਾਲ ਲੋਕ ਸੀਟ ਸਭਾ ਦੀ ਫੁਲਬਨੀ ਵਿਚ ਚੋਣ ਰੈਲੀ ਦੌਰਾਨ ਬਜ਼ੁਰਗ ਤੋਂ ਅਸੀਸ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ। ਅਹਿਮਦਾਬਾਦ ਦੇ ਸਟੇਡੀਅਮ ਚ ਮੈਚ ਦੌਰਾਨ ਸੁਰੱਖਿਆ ਘੇਰਾ ਤੋੜ ਕੇ ਮਹਿੰਦਰ ਸਿੰਘ ਧੋਨੀ ਕੋਲ ਪਹੁੰਚਿਆ ਫੈਨ, ਪੈਰਾਂ ਚ ਚੁਕਾਇਆ ਸਿਰ। ਰੋਪੜ ਚ ਬਾਰਿਸ਼ਾਂ ਤੋਂ ਪਹਿਲਾਂ ਡਿਸਟਾਈਲਿੰਗ ਕਰਵਾਏ ਸਰਕਾਰ, ਨਹੀਂ ਤਾਂ ਹੋਵੇਗਾ ਨੁਕਸਾਨ। ਪਿੰਡਾਂ ਨੂੰ ਬਚਾਉਣ ਲਈ ਲੋਕ ਹੋ ਗਏ ਇਕੱਠੇ। ਹੁਣ ਅਫਗਾਨਿਸਤਾਨ ਚ ਹੜ੍ਹ ਕਾਰਨ ਹੋਇਆ ਭਾਰੀ ਨੁਕਸਾਨ, 300 ਤੋਂ ਵੱਧ ਲੋਕਾਂ ਦੀ ਗਈ ਜਾਨ, ਢਹਿ ਗਏ 2000 ਤੋਂ ਵੱਧ ਮਕਾਨ। ਅਮਿਤ ਸ਼ਾਹ ਬੋਲੇ, ਇੰਡੀਆ ਗਠਜੋੜ ਨੂੰ ਇਹ ਸੋਚ ਕੇ ਖੁਸ਼ ਹੋਣ ਦੀ ਲੋੜ ਨਹੀਂ ਕਿ ਮੋਦੀ ਜੀ ਅਗਲੇ ਸਾਲ 75 ਸਾਲ ਦੇ ਹੋ ਜਾਣਗੇ, ਭਾਜਪਾ ਦੇ ਸੰਵਿਧਾਨ ਵਿੱਚ ਅਜਿਹੀ ਕੋਈ ਸ਼ਰਤ ਨਹੀਂ। ਪੰਜਾਬ ਸਰਕਾਰ ਵੱਲੋਂ IAS ਪਰਮਪਾਲ ਕੌਰ ਦਾ ਅਸਤੀਫਾ ਮਨਜ਼ੂਰ। ਗੈਰ ਕਾਨੂੰਨੀ ਪਦਾਰਥਾਂ ਦੇ ਨਿਰਮਾਣ ਉੱਤੇ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼, ਹਿਮਾਚਲ ਪ੍ਰਦੇਸ਼ ਦੇ ਬੱਦੀ ਤੋਂ ਚੱਲ ਰਿਹਾ ਸੀ ਨੈਟਵਰਕ। ਖੰਨਾ ਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਉੱਤੇ ਵੀ ਨਹੀਂ ਹੋਈ ਕੋਈ ਕਾਰਵਾਈ। ਗੁੰਡਾ ਅੰਸਰਾਂ ਤੋਂ ਅੱਕੇ ਹਸਪਤਾਲ ਚ ਦਾਖਲ ਨੌਜਵਾਨ ਨੇ ਮਾਰ ਦਿੱਤੀ ਦੂਜੀ ਮੰਜ਼ਿਲ ਤੋਂ ਛਾਲ।